ਜਿਹੜਾ ਕੰਮ ਕਰਨਾ ਮੈਨੂੰ ਉਹ ਚ ਘਾਟਾ ਪੈ ਜਾਂਦਾ। ਕਿਆ ਕੰਮ ਕੀਆ? ਜਾਲੀ ਨੋਟਾਂ ਦੀ ਮਸ਼ੀਨ ਲਈ ਮੈਂ ਫੜਿਆ ਗਿਆ। ਕੈਸੇ? 1500 ਵਾਲਾ ਨੋਟ ਬਣਾ ਬੈਠਾ ਸਾਂ। 1500 ਵਾਲਾ ਨੋਟ ਲੈ ਕੇ ਇੱਕ ਸ਼ੇਖ ਦੀ ਦੁਕਾਨ ਤੇ ਗਿਆ। ਮੈਂ ਕਿਹਾ ਜੀ ਇਹਦੀ ਭਾਨ ਦੇ ਦਿਓ। ਉਹਨੇ 750 ਵਾਲੇ ਮੈਨੂੰ 2 ਦੇ ਦਿੱਤੇ। ਮੈਂ ਕਿਹਾ ਇਹ ਤਾਂ ਮਸ਼ੀਨ ਕਰੋ ਕਰੀ ਖੱਜਲ ਹੋਣ ਡਈ, ਦਫਾ ਕਰਾਓ ਇਸ ਕੰਮ। ਫਿਰ ਮੈਂ ਸੋਚਿਆ ਅਮੀਰ ਹੋਣਾ ਬਹੁਤ ਜ਼ਰੂਰੀ, ਕੋਈ ਹੋਰ ਕਾਰੋਬਾਰ ਕਰੋ, ਮਿਹਨਤ ਮਜ਼ਦੂਰੀਆਂ ਕਰੋ। ਮੈਂ ਭਾਗ ਦੇਸੀ ਘਿਓ ਵਾਲਿਆਂ ਦੀ ਫੈਕਟਰੀ 'ਚ ਨੌਕਰੀ ਕੀਤੀ। ਅੱਛਾ। ਘਿਓ ਦਾ ਪੀਪਾ ਚੁੱਕਿਆ, ਉਹਨਾਂ ਨੇ ਮੈਨੂੰ ਮਾਰਿਆ। ਕਿਉਂ? ਮੈਂ ਚੋਰੀ ਚੁੱਕ ਲਿਆ ਸੀ। ਮਗਰ ਤੁਮ ਤਾਂ ਵਾ ਨੌਕਰੀ ਕਰ ਰਹੇ ਥੇ ਨਾ? ਹਾਂ, ਉਦੋਂ ਛੁੱਟੀ ਹੋ ਗਈ ਸੀ ਜਦੋਂ ਮੈਂ ਚੁੱਕਿਆ। ਸਹੀ ਮਾਰਾ ਨਾ ਉਹਨੂੰ? ਫਿਰ ਮੈਂ ਸੋਚਿਆ ਅਮੀਰ ਹੋਣਾ ਬਹੁਤ ਜ਼ਰੂਰੀ, ਕੋਈ ਹੋਰ ਕਾਰੋਬਾਰ ਕਰੋ। ਅੱਛਾ। ਕੋਈ ਮਿਹਨਤ ਕਰੋ, ਮਜ਼ਦੂਰੀਆਂ ਕਰੋ, ਕਮੇਟੀਆਂ ਪਾਓ। ਲੋਕੀ ਕਮੇਟੀਆਂ ਪਾ ਪਾ ਅਮੀਰ ਹੋਣ ਡਏ ਨੇ। ਮੈਂ ਕਮੇਟੀ ਪਾਈ, ਬੁੱਧ ਵਾਲੇ ਦਿਨ ਕਮੇਟੀ ਨਿਕਲੀ ਸੀ, ਪੀਰ ਵਾਲੇ ਦਿਨ ਉਹ ਮਾਈ ਨਿਕਲ ਗਈ ਜੀ, ਕੋਈ ਕਮੇਟੀ ਪੈਂਦੀ ਸੀ। ਮੇਰੀ ਸਾਰੀ ਕਮੇਟੀ ਉਸ ਮਾਈ ਨੂੰ ਲੱਭਣ ਤੇ ਲੱਗ ਗਈ। ਅੱਛਾ। ਫਿਰ ਮੈਂ ਸੋਚਿਆ ਅਮੀਰ ਹੋਣਾ ਬਹੁਤ ਜ਼ਰੂਰੀ, ਕੋਈ ਹੋਰ ਕਾਰੋਬਾਰ ਕਰੋ। ਮੈਂ ਨਹਿਰ ਤੇ ਕੱਛੇ ਕਿਰਾਏ ਤੇ ਲਾ ਲਏ। ਫਿਰ ਕੱਛੇ ਲਾ ਕੇ ਜੇ ਬੈਠਾ ਹੀ ਆ ਤਾਂ ਨਹਿਰ ਸੁੱਕ ਗਈ। ਕਿਉਂ? ਮੈਂ ਬਥੇਰੀਆਂ ਆਵਾਜ਼ਾਂ ਲਾਉਂਦਾ ਰਿਹਾ, ਮੈਂ ਕਿਹਾ ਸੁੱਕੀ ਨਹਿਰ ਚ ਨਹਾਉਣ ਵਾਲੇ ਕੱਛੇ ਨੇ, ਆ ਜਾਓ ਰਗੜਾ ਲਵਾਉਣ ਵਾਲੇ ਕੱਛੇ। ਕਿਸੇ ਨੇ ਮੇਰੀ ਨਹੀਂ ਸੁਣੀ। ਤੰਗ ਹਾਰ ਕੇ ਮੈਂ ਬੜੇ ਕਾਰੋਬਾਰ ਕੀਤੇ, ਜਿਹੜਾ ਕੰਮ ਕੀਤਾ ਮੈਂ ਕਿਹਾ ਖੂਨ ਦੇਣੇ। ਅੱਛਾ। ਖੂਨ ਦੇਣ ਗਿਆ, 2 ਘੰਟੇ ਲੰਮਾ ਪੈ ਰਿਹਾ। ਮੈਂ ਕਿਹਾ ਡਾਕਟਰ ਸਾਹਿਬ ਖੂਨ ਆਇਆ? ਕਹਿੰਦਾ ਨਹੀਂ ਪੁੱਤਰ, ਅਜੇ ਹਵਾ ਆਉਣ ਡਈ। ਡਾਕਟਰ ਨੇ ਮੇਰਾ ਖੂਨ ਇੰਜ ਕੱਢਿਆ ਜਿਵੇਂ ਛਾਪਰ ਚੋਂ ਦਹੀਂ ਕੱਢੀ ਦੀ, ਇੰਜ ਇੰਜ ਕਰਕੇ ਇੰਨਾ ਕੁ ਖੂਨ ਨਿਕਲਿਆ। ਖੂਨ ਦੇਣ ਦੀ ਵਜ੍ਹਾ ਤੋਂ ਕਮਜ਼ੋਰੀ ਛਾ ਗਈ, ਬਿਮਾਰ ਹੋ ਗਿਆ। ਡਾਕਟਰ ਕੋਲ ਦਵਾਈ ਲੈਣ ਗਿਆ, ਉੱਥੋਂ ਵੀ ਮੈਂ ਬਿਸਤ ਹੋਇਆ। ਕੈਸੇ? ਪਿੰਡ ਦਾ ਡਾਕਟਰ ਸੀ, ਉਹਨੇ ਪੀਪੇ ਜੈਸਪਰੋ ਰੱਖੀ, ਨਾਲ ਸਾਈਕਲਾਂ ਨੂੰ ਪੈਂਚਰ ਲਾਉਣ ਡਿਆ ਸੀ। ਉਹਨੇ ਮੇਰੀ ਬਾਂਹ ਫੜ ਲਈ, ਟਿਊਬ ਪਾਣੀ ਚ ਦੇ ਕੇ ਕਹਿੰਦਾ ਓਏ ਹੋ, ਤੂੰ ਤੇ ਪਟਾਕਾ ਮਾਰ ਗਿਆ ਬਈ। ਮੈਨੂੰ ਕਹਿੰਦਾ ਜਿਹੜੀ ਦਵਾਈ ਦਿੱਤੀ ਖਾਧੀ? ਮੈਂ ਕਿਹਾ ਹਾਂਜੀ। ਕਹਿੰਦਾ ਤਦੇ ਹੀ ਬੁਲਬਲੇ ਘੱਟ ਹੋਏ ਨੇ। ਮੈਨੂੰ ਕਹਿੰਦਾ ਤੈਨੂੰ ਗੋਲੀਆਂ ਦੇਣਾ, ਨਾਲ ਸਲੋਸ਼ਨ ਵੀ ਲੱਗਣਾ। ਉਹਨੇ ਮੇਰੇ ਵਾਲੀਆਂ ਗੋਲੀਆਂ ਸਾਈਕਲ